ਚਾਰ ਚੀਜ਼ਾਂ ਯਾਦ ਰੱਖਣ ਵਾਲਾ ਬੰਦਾ ਸਾਰੀ ਉਮਰ ਜ਼ਿੰਦਗੀ 'ਚ ਕਾਮਯਾਬ ਹੁੰਦਾ ਰੁੱਖ ਸਾਰੇ ਮੁੰਡਿਆਂ ਨੂੰ ਦੱਸਣ ਲੱਗਾ ਪਹਿਲੇ ਨੰਬਰ 'ਤੇ ਮੌਤ ਪਰਮਾਤਮਾ ਅਤੇ ਤੀਜੇ ਨੰਬਰ 'ਤੇ ਉਸਤਾਦ ਅਤੇ ਚੌਥੇ ਨੰਬਰ 'ਤੇ ਔਕਾਤ ਚਾਰ ਚੀਜ਼ਾਂ ਯਾਦ ਰੱਖਣ ਤਾਂ ਜਦੋਂ ਇਹਨਾਂ ਦਾ ਗੀਤ ਕੀਤਾ ਸੀ ਮੈਂ ਰਿਕਾਰਡ ਤਾਂ ਉਹਨਾਂ ਵਿੱਚ ਉਹਦੇ 'ਚ ਗੁਰਨਾਮ ਨੇ ਕੋਰਸ ਕੀਤਾ ਸੀ ਹਾਂ ਓਕੇ ਵੈਰੀ ਗੁੱਡ ਅੱਜ ਵੀ ਯਾਦ ਹੈ ਔਰ ਬੜੀ ਵਧੀਆ ਯਾਦਗਾਰੀ ਤੁਸੀਂ ਕਰੀ ਉਹ ਤੋਂ ਬਾਅਦ ਫਾਦਰ ਸਾਹਿਬ ਨੂੰ ਪਤਾ ਹੁੰਦਾ ਕਿ ਕਿਉਂ ਹਾਂ ਫਾਦਰ ਸਾਹਿਬ ਜਿਹੜੀ ਪਹਿਲਾਂ ਤਾਂ ਕਹਿੰਦਾ ਵੀ ਫਾਦਰ ਸਾਹਿਬ ਇਹਨਾਂ ਤਰੀਜਾ ਸਾਹਿਬ ਇਹਨਾਂ ਜੀ ਇਹਨਾਂ ਨੇ ਬਹੁਤ ਜ਼ਿਆਦਾ ਪਿਆਰ ਬਹੁਤ ਵਾਹ ਵਾਹ ਆਪਣੇ ਬੱਚਾ ਦੇ ਆਪਣੇ ਮਤਵਾਦ ਆਪ ਦੇ ਬੱਚਾ ਕਰੇ ਉਹ ਅੱਗੇ ਵੈਰੀ ਵਰਕ ਹਰ ਸੋਜਾ ਕੇ ਆ ਮੜੇ ਹਾਂਜੀ ਤੇ ਇਹਨਾਂ ਨੇ ਕਾਫੀ ਗਾਣੇ ਮੇਰੇ ਰਿਕਾਰਡ ਕੀਤੇ ਆ ਗੁਰਨਾਮ ਭੁੱਲਰ ਜੀ ਦੇ ਉਹਦੇ ਪਿੱਛੇ ਕੋਰਸ ਕੀਤਾ ਮੈਂ ਗਾਇਆ ਸੀ ਅਤੇ ਉਹਨਾਂ ਨੇ ਕੋਰਸ ਕੀਤਾ ਅਤੇ ਇਹਨਾਂ ਦੀ ਬਦੌਲਤ ਹੋਇਆ ਮਤਲਬ ਇਹ ਜਿਹੜੀ ਕਿਸਮਤ ਦੀ ਲਕੀਰਾਂ ਨੇ ਪਤਾ ਨਹੀਂ ਲੱਗਦਾ ਕਿਹੜੇ ਮੌਕੇ ਇਹਨਾਂ 'ਚੋਂ ਕਿਹੜਾ ਕੱਲ੍ਹ ਸਟਾਰ ਹੋਇਆ ਅਤੇ ਕੱਲ੍ਹ ਕੀ ਇਸ ਕਰਕੇ ਗੁਰੂਆਂ ਦਾ ਸਪੈਕਟ ਸਭ ਤੋਂ ਮਸਤ ਜ਼ਰੂਰੀ ਹੈ ਅਤੇ ਗੁਰੂ ਚਾਹੇ ਕਿੱਥੇ ਮਰਜ਼ੀ ਸਟੈਂਡ ਕਰਦਾ ਪਰ ਜਿਹੜਾ ਗੁਰੂ ਦਾ ਰੁਤਬਾ ਉਹ ਗੁਰੂ ਦਾ ਰੁਤਬਾ ਚਾਰ ਚੀਜ਼ਾਂ ਹਮੇਸ਼ਾ ਯਾਦ ਰੱਖਣੀ ਚਾਹੀਦੀਆਂ ਆਮ ਬੰਦੇ ਸਾਰੇ ਗੱਲ ਕਰਦੇ ਆ ਵੀ ਮੌਤ ਨੂੰ ਪਰਮਾਤਮਾ ਨੂੰ ਯਾਦ ਰੱਖੋ ਤਾਂ ਮੈਂ ਜਦੋਂ ਮੇਰਾ ਮੈਂ ਸ਼ੇਅਰ ਬਣਾਇਆ ਸੀ ਉਹ ਗੱਲ ਇਹ ਸੀ ਕਿ ਵੀ ਚਾਰ ਚੀਜ਼ਾਂ ਯਾਦ ਰੱਖਣ ਵਾਲਾ ਬੰਦਾ ਸਾਰੀ ਉਮਰ ਜ਼ਿੰਦਗੀ 'ਚ ਕਾਮਯਾਬ ਹੁੰਦਾ ਰੁੱਖ ਸਾਰੇ ਮੁੰਡਿਆਂ ਨੂੰ ਦੱਸਣ ਲੱਗਾ ਪਹਿਲੇ ਨੰਬਰ 'ਤੇ ਮੌਤ ਪਰਮਾਤਮਾ ਅਤੇ ਤੀਜੇ ਨੰਬਰ 'ਤੇ ਉਸਤਾਦ ਚੌਥੇ ਨੰਬਰ 'ਤੇ ਔਕਾਤ ਚਾਰ ਚੀਜ਼ਾਂ ਯਾਦ ਰੱਖਣ ਤਾਂ ਜਦੋਂ ਇਹਨਾਂ ਦਾ ਗੀਤ ਕੀਤਾ ਸੀ ਮੈਂ ਰਿਕਾਰਡ ਤਾਂ ਉਹਨਾਂ ਵਿੱਚ ਉਹਦੇ 'ਚ ਗੁਰਨਾਮ ਨੇ ਕੋਰਸ ਕੀਤਾ ਸੀ ਹਾਂ ਓਕੇ ਵੈਰੀ ਗੁੱਡ ਅੱਜ ਵੀ ਯਾਦ ਹੈ ਔਰ ਬੜੀ ਵਧੀਆ ਯਾਦਗਾਰੀ ਤੁਸੀਂ ਕਰਾਈ ਹੈ ਕੀ ਇੰਨੀ ਵਧੀਆ ਸਾਡੇ ਨਾਲ ਯਾਦ ਸਾਂਝੀ ਕੀਤੀ ਪਿਆਰ ਉਹਨਾਂ ਦਾ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਮਾਨ ਇਸ ਗੱਲ ਨਾਲ ਦੀ ਨਾਲ ਮੈਂ ਸੁਰ ਸਾਗਰ ਦੀ ਰਿਕੁਆਇਰਮੈਂਟਸ ਦੱਸਣਾ ਚਾਹੁੰਦੀ ਕਿ ਤੁਸੀਂ ਸਾਡੇ ਨਾਲ ਜੁਆਇਨ ਕਰ ਸਕਦੇ ਹੋ 1 ਦਸੰਬਰ ਮੋਗਾ ਵਿੱਚ ਗੁਰੂ ਨਾਨਕ ਕਾਲਜ ਵਿਖੇ ਔਰ ਇਸ ਦੀ ਰਿਕੁਆਇਰਮੈਂਟ ਜ਼ਿਆਦਾ ਨਹੀਂ 10 ਤੋਂ 30 ਸਾਲ ਦੀ ਉਮਰ ਹੋਣੀ ਚਾਹੀਦੀ ਹੈ ਰਿਆਜ਼ ਫੁੱਲ ਹੋਣਾ ਚਾਹੀਦਾ ਸਾਡੇ ਜੱਜਸ ਹਮੇਸ਼ਾ ਇਹੀ ਕਹਿੰਦੇ ਨੇ ਕਿਉਂਕਿ ਜੋਸ਼ ਜਵਾਨੀ ਤੇ ਜਜ਼ਬਾ ਸਾਡੇ ਪੰਜਾਬੀਆਂ ਦੇ ਵਿੱਚ ਤਾਂ ਹਮੇਸ਼ਾ ਘੁੱਟ ਘੁੱਟ ਕੇ ਭਰਿਆ ਹੀ ਹੁੰਦਾ ਤਾਂ ਮਿਲਦੇ ਆ ਮੋਗਾ ਦੇ ਵਿੱਚ ਤੇ ਇਹ ਰਿਕੁਆਇਰਮੈਂਟਸ ਨੂੰ ਜਿਹੜਾ ਪੂਰਾ ਕਰੇਗਾ ਉਹੀ ਜਾਏਗਾ ਮੈਗਾ ਆਡੀਸ਼ਨਸ ਦੇ ਵਿੱਚ ਤਾਂ ਬਹੁਤੀ ਦੇਰ ਨਾ ਲੈਂਦੀ ਹੋਈ ਸਾਰਿਆਂ ਨੂੰ ਕਹਿੰਦੀ ਆ ਗੁੱਡ ਬਾਏ ਔਰ ਮਿਲਦੇ ਆ ਮੈਗਾ ਆਡੀਸ਼ਨ ਦੇ ਵਿੱਚ ਥੈਂਕ ਯੂ ਸੋ ਮਚ ਇੱਕ ਵਾਰ ਰੂਟਿੰਗ ਕਰਕੇ ਦੱਸ ਦਿਓ ਕਿ ਤੁਹਾਨੂੰ ਕਿੰਨਾ ਜੋਸ਼ ਹੈ ਫਾਜ਼ਿਲਕਾ ਦੇ ਵਿੱਚ ਜ਼ੋਰਦਾਰ ਤਾਲੀਆਂ ਦੇ ਨਾਲ ਸਿੱਖਣ ਵਾਲਾ ਹੀ ਸੀਗਾ ਤਾਂ ਜਦੋਂ ਇਹਨਾਂ ਦਾ ਗੀਤ ਕੀਤਾ ਸੀ ਮੈਂ ਰਿਕਾਰਡ ਤਾਂ ਉਹਨਾਂ ਵਿੱਚ ਉਹਦੇ 'ਚ ਗੁਰਨਾਮ ਨੇ ਕੋਰਸ ਕੀਤਾ ਸੀ ਅੱਜ ਵੀ ਯਾਦ ਹੈ ਔਰ ਬੜੀ ਵਧੀਆ ਯਾਦਗਾਰੀ ਤੁਸੀਂ ਕਰਾਈ ਹੈ ਸਾਡੇ ਨਾਲ ਯਾਦ ਸਾਂਝੀ ਕੀਤੀ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਨਾਲ ਦੀ ਨਾਲ